ਸਤਿ ਸ਼੍ਰੀ ਅਕਾਲ, ਮੈਂ ਮਨੀਸ਼ਾ ਨੇਗੀ ਟਾਟਾ ਟਰੱਸਟ ਤੋਂ ਹਾਂ। ਮੈਂ ਤੁਹਾਡੇ ਨਾਲ ਕੋਵਿਡ-19 ਬਾਰੇ ਗੱਲ ਕਰਨਾ ਚਾਹੁੰਦੀ ਹਾਂ, ਜਿਹੜਾ ਉਹ ਰੋਗ ਹੈ ਜੋ ਕੋਰੋਨਾ ਵਾਇਰਸ ਰਾਹੀਂ ਹੁੰਦਾ ਹੈ ਅਤੇ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਹੋ ਜਾਂਦਾ ਹੈ। ਜੇ ਤੁਸੀਂ ਕਿਸੇ ਉਸ ਬੰਦੇ ਦੇ ਨੇੜੇ ਖੜ੍ਹੇ ਹੋ ਜੋ ਖਾਂਸੀ ਕਰ ਰਿਹਾ ਹੈ ਜਾਂ ਨਿੱਛ ਮਾਰ ਰਿਹਾ ਹੈ, ਤਾਂ ਇਹ ਤੁਹਾਨੂੰ ਵੀ ਹੋ ਸਕਦਾ ਹੈ। ਇਹ ਤਾਂ ਵੀ ਹੋ ਸਕਦਾ ਹੈ ਜੇ ਤੁਸੀਂ ਕਿਸੇ ਗੰਦੇ ਜਾਂ ਦੂਸ਼ਿਤ ਥਾਂ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਆਪਣੇ ਮੂੰਹ ਅੱਖ ਨੱਕ ਨੂੰ ਲਗਾਉਂਦੇ ਹੋ। ਇਸ ਕਰਕੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਖਤ ਹਦਾਇਤਾਂ ਨੂੰ ਜਾਣਨਾ ਅਤੇ ਉਹਨਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਅੱਜ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਾਣਕਾਰੀ ਦਾ ਸਹੀ ਸਰੋਤ 'ਤੇ ਭਰੋਸਾ ਕਰਨ ਦੀ ਕੀ ਮਹੱਤਤਾ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਸਾਰੀ ਦੁਨੀਆ ਇੰਟਰਨੈੱਟ ਨਾਲ ਜੁੜੀ ਹੋਈ ਹੈ, ਇਸ ਸੰਕਟ ਦੇ ਦੌਰਾਨ ਲੋਕ ਸੋਸ਼ਲ ਮੀਡੀਆ ਵਿੱਚ ਜਾਣਕਾਰੀ ਸਾਂਝੀ ਕਰਦੇ ਹਨ ਅਤੇ ਉਸ ਵਿੱਚ ਕੁਝ ਸੱਚੀ ਹੁੰਦੀ ਨੇ ਅਤੇ ਕੁਝ ਨਹੀਂ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਝ ਕੇ ਕੇਵਲ ਸਹੀ ਜਾਣਕਾਰੀ 'ਤੇ ਯਕੀਨ ਕਰਕੇ ਉਸਨੂੰ ਦੂਸਰਿਆਂ ਤੱਕ ਸਾਂਝੀਆਂ ਕਰੀਏ। ਇਹ ਕੁਝ ਗੱਲਾਂ ਯਾਦ ਰੱਖੋ। ਨੰਬਰ 1, ਵਟਸਐਪ ਅਤੇ ਫੇਸਬੁੱਕ 'ਤੇ ਪੜ੍ਹੀ ਹਰ ਗੱਲ ਨੂੰ ਯਕੀਨ ਨਾ ਕਰੋ। ਨੰਬਰ 2, ਅਫਵਾਹ 'ਤੇ ਵੀ ਯਕੀਨ ਨਾ ਕਰੋ ਅਤੇ ਪੱਕਾ ਪਤਾ ਕਰੋ ਕਿ ਗੱਲ ਸਹੀ ਹੈ ਜਾਂ ਨਹੀਂ। ਨੰਬਰ 3, ਕਿਸੇ ਗੱਲ ਦੀ ਸਪਸ਼ਟੀਕਰਨ ਵਾਸਤੇ PHC, CHC ਜਾਂ ਮੈਡੀਕਲ ਅਫਸਰ ਜਾਂ ਆਸ਼ਾ ਵਰਕਰ ਨੂੰ ਪੁੱਛੋ। ਨੰਬਰ 4, ਭਾਰਤ ਸਰਕਾਰ MOHFW ਦੀ ਵੈਬਸਾਈਟ www.mohfw.gov.in ਜਿੱਥੇ ਤੁਹਾਨੂੰ ਸਾਰੀ ਸਹੀ ਜਾਣਕਾਰੀ ਮਿਲ ਸਕਦੀ ਹੈ। ਨੰਬਰ 5, ਕਿਸੇ ਤਰ੍ਹਾਂ ਦੀ ਸਹਾਇਤਾ ਲਈ ਗੌਰਮੈਂਟ ਨੈਸ਼ਨਲ ਹੈਲਪਲਾਈਨ ਨੰਬਰ 0111239708046 'ਤੇ ਫੋਨ ਕਰੋ। ਸਹੀ ਜਾਣਕਾਰੀ ਪ੍ਰਾਪਤ ਕਰਕੇ ਅਤੇ ਸਾਂਝੀ ਕਰਕੇ ਆਪ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ, ਆਪਣੀ ਮਿਹਨਤ ਦੀ ਕਮਾਈ ਨੂੰ ਆਪਣੀ ਮੁੱਠੀ ਵਿੱਚ ਰੱਖ ਸਕਦੇ ਹੋ। ਅਸੀਂ ਸਾਰੇ ਇਕੱਠੇ ਹੋ ਕੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਸਕਦੇ ਹਾਂ। ਹਰ ਇੱਕ ਹੋਰ ਕਈਆਂ ਨੂੰ ਵੀ ਸਿਖਾਵੇ। ਬਹੁਤ ਬਹੁਤ ਧੰਨਵਾਦ।